It's your Bolly Holy Baba. ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੋਸਤ ਜਗਮੀਤ ਬਰਾੜਤੇ ਜੀ, ਬੋਲੀ ਹੋਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ, ਅੱਜ ਮੈਂ ਤੁਹਾਡੇ ਲਈ ਪੰਜਾਬ ਦੀ ਪ੍ਰਸਿੱਧ ਗਾਇਕਾ, ਪੰਜਾਬੀ ਫੋਕ ਸਿੰਗਰ ਗੁਰਮੀਤ ਬਾਵਾ ਜੀ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਇਆ। ਸੋ ਦੋਸਤੋ, ਉਹਨਾਂ ਨੂੰ ਸਾਰੀ ਦੁਨੀਆ ਲੰਬੀ ਹੇਕ ਤੇ ਜੁਗਨੀ ਕਰਕੇ ਵੀ ਜਾਣਦੀ ਆ। ਸੋ ਦੋਸਤੋ, ਆਪਾਂ ਜੋ ਉਹਨਾਂ ਦੀ ਫੈਮਿਲੀ ਬਾਰੇ, ਉਹਨਾਂ ਦੇ 뮤직 ਕਰੀਅਰ ਬਾਰੇ, ਉਹਨਾਂ ਦੀ ਲਾਈਫ ਬਾਰੇ ਪੂਰੇ ਵਿਸਤਾਰ ਵਿੱਚ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਫਰਮਾਇਸ਼ ਕਰੂੰਗਾ, ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੋਲੀ ਬਾਬਾ ਅਜੇ ਤੱਕ ਵੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜਿਹੜਾ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ, ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ। ਤੇ ਹੁਣ ਤੁਹਾਡਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ, ਹੁਣ ਆਪਾਂ ਗੁਰਮੀਤ ਬਾਵਾ ਜੀ ਦੇ ਜੀਵਨ ਤੇ ਇੱਕ ਝਾਤ ਮਾਰਦੇ ਹਾਂ। ਗੁਰਮੀਤ ਬਾਵਾ ਜੀ ਦਾ ਜਨਮ 1944 ਵਿੱਚ ਮਾਤਾ ਰਾਮ ਕੌਰ ਦੀ ਕੁੱਖੋਂ ਤੇ ਪਿਤਾ ਸਰਦਾਰ ਉੱਤਮ ਸਿੰਘ ਦੇ ਘਰ ਪਿੰਡ ਕੋਠੇ ਜ਼ਿਲ੍ਹਾ ਗੁਰਦਾਸਪੁਰ ਪੰਜਾਬ ਵਿਖੇ ਹੋਇਆ। ਤੇ ਦੋਸਤੋ, ਉਹਨਾਂ ਨੂੰ ਬਚਪਨ ਤੋਂ ਹੀ ਸਿੰਗਿੰਗ ਨਾਲ ਪਿਆਰ ਸੀ, ਪਰ ਉਹਨਾਂ ਦਾ ਇੱਕ ਸੁਪਨਾ ਹੋਰ ਵੀ ਸੀ ਕਿ ਉਹ ਅਧਿਆਪਕ ਬਣਨਾ ਚਾਹੁੰਦੇ ਸਨ, ਟੀਚਰ ਬਣਨਾ ਚਾਹੁੰਦੇ ਸਨ, ਪਰ ਉਸ ਸਮੇਂ ਕੁੜੀਆਂ ਨੂੰ ਜ਼ਿਆਦਾ ਪੜ੍ਹਨ ਦੀ ਇਜਾਜ਼ਤ ਨਹੀਂ ਸੀ, ਉਹਨਾਂ ਨੂੰ ਘਰੋਂ ਬਾਹਰ ਜਾਣ ਲਈ ਵੀ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਸੀਗੀ, ਵੱਡਿਆਂ ਦੀ ਆਗਿਆ ਲੈ ਕੇ ਉਹ ਬਾਹਰ ਜਾ ਸਕਦੇ ਸੀ। ਪਰ ਗੁਰਮੀਤ ਬਾਵਾ ਜੀ ਨੇ ਆਪਣੀ ਹਿੰਮਤ ਨਾਲ, ਆਪਣੀ ਮਿਹਨਤ ਨਾਲ JBT ਦੀ ਪੜ੍ਹਾਈ ਜਿਹੜੀ ਪੂਰੀ ਕੀਤੀ ਤੇ ਆਪਣੇ ਏਰੀਆ ਦੀ ਜਿਹੜੀ ਪਹਿਲੀ ਅਧਿਆਪਕ ਕੁੜੀ ਬਣੀ। ਤੇ ਦੋਸਤੋ, ਉਹਨਾਂ ਦੀ ਮੈਰਿਜ ਹੋਈ ਸੀ ਕਿਰਪਾਲ ਬਾਵਾ ਜੀ ਨਾਲ, ਜਿਹੜੇ ਬਹੁਤ ਹੀ ਵਧੀਆ ਪੰਜਾਬੀ ਫੋਕ ਸਿੰਗਰ ਸਨ। ਤੇ ਮੈਰਿਜ ਤੋਂ ਬਾਅਦ ਉਹਨਾਂ ਦੇ ਘਰ 3 ਬੇਟੀਆਂ ਨੇ ਜਨਮ ਲਿਆ, ਜਿਨ੍ਹਾਂ ਵਿੱਚ ਉਹਨਾਂ ਦੀਆਂ 2 ਬੇਟੀਆਂ ਲਾਚੀ ਬਾਵਾ ਤੇ ਗਲੋਰੀ ਬਾਵਾ, ਉਹ ਸਿੰਗਰਸ ਨੇ। ਤੇ ਦੋਸਤੋ, ਹੁਣ ਆਪਾਂ ਗੱਲ ਕਰਦੇ ਹਾਂ ਗੁਰਮੀਤ ਬਾਵਾ ਜੀ ਦੇ 뮤직 ਕਰੀਅਰ ਦੀ। ਗੁਰਮੀਤ ਬਾਵਾ ਜੀ ਦਾ 뮤직 ਕਰੀਅਰ ਜਿਹੜਾ 1968 ਵਿੱਚ ਸ਼ੁਰੂ ਹੋਇਆ ਸੀ, ਤੇ ਉਹਨਾਂ ਦੇ ਪਤੀ ਕਿਰਪਾਲ ਸਿੰਘ ਜੀ ਨੇ ਉਹਨਾਂ ਦਾ ਹਮੇਸ਼ਾ ਬਹੁਤ ਜ਼ਿਆਦਾ ਸਾਥ ਦਿੱਤਾ, ਸਿੰਗਿੰਗ ਕਰੀਅਰ ਵਿੱਚ ਬਹੁਤ ਜ਼ਿਆਦਾ ਉਹਨਾਂ ਨੂੰ ਸਪੋਰਟ ਕੀਤੀ। ਉਹਨਾਂ ਨੇ ਹਮੇਸ਼ਾ ਹੀ ਪੰਜਾਬੀ ਜਿਹੜੇ ਫੋਕ ਇੰਸਟਰੂਮੈਂਟ ਜਿਵੇਂ ਅਲਗੋਜੇ, ਚਿਮਟਾ, ਢੋਲਕੀ ਤੇ ਤੂੰਬੀ ਨਾਲ ਗਾਇਆ। ਤੇ ਦੋਸਤੋ, ਇੱਕ ਵਾਰ ਪੰਜਾਬ ਐਸੋਸੀਏਸ਼ਨ ਨੇ ਮੁੰਬਈ ਵਿੱਚ ਇੱਕ ਫੰਕਸ਼ਨ ਕਰਵਾਇਆ ਸੀ, ਜਿੱਥੇ ਗੁਰਮੀਤ ਬਾਵਾ ਜੀ ਨੇ ਆਪਣੀ ਦਮਦਾਰ ਗਾਇਕੀ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਜਿੰਨੇ ਵੀ ਉੱਥੇ ਬਾਲੀਵੁੱਡ ਸਟਾਰ ਬੈਠੇ ਸਨ ਜਾਂ ਜਿੰਨੇ ਵੀ ਦਰਸ਼ਕ ਬੈਠੇ ਸਨ, ਤਾਂ ਉਹਨਾਂ ਨੇ ਸਾਰਿਆਂ ਨੇ ਖੜੇ ਹੋ ਕੇ ਗੁਰਮੀਤ ਬਾਵਾ ਜੀ ਦੀ ਗਾਇਕੀ ਦੀ ਪ੍ਰਸ਼ੰਸਾ ਵਿੱਚ ਤਾੜੀਆਂ ਵਜਾਈਆਂ। ਤੇ ਇਸ ਫੰਕਸ਼ਨ ਵਿੱਚ ਪ੍ਰੇਮ ਚੋਪੜਾ ਸਾਹਿਬ, ਪ੍ਰਾਣ ਸਾਹਿਬ ਤੇ ਰਾਜ ਕਪੂਰ ਸਾਹਿਬ ਵਰਗੇ ਵੱਡੀਆਂ ਹਸਤੀਆਂ ਵੀ ਪਹੁੰਚੀਆਂ ਸਨ। ਤੇ ਰਾਜ ਕਪੂਰ ਸਾਹਿਬ ਨੂੰ ਉਹਨਾਂ ਦੀ ਗਾਇਕੀ ਇੰਨੀ ਪਸੰਦ ਆਈ ਕਿ ਉਹਨਾਂ ਨੇ ਗੁਰਮੀਤ ਬਾਵਾ ਜੀ ਕੋਲ ਵਾਰ ਵਾਰ ਬੋਲੀਆਂ ਸੁਣ ਲਈ। ਮੈਂ ਜੱਟੀ ਪੰਜਾਬ ਦੀ ਗੀਤ, ਮੇਰੀ ਨਰਗਸ ਵਰਗੀ ਅੱਖ ਗੀਤ ਦੀ ਵਾਰ ਵਾਰ ਫਰਮਾਇਸ਼ ਕੀਤੀ ਤੇ ਗੁਰਮੀਤ ਬਾਵਾ ਜੀ ਨੂੰ ਬਹੁਤ ਸਾਰਾ ਮਾਣ ਸਨਮਾਨ ਦਿੱਤਾ। ਤੇ ਦੋਸਤੋ, ਇਸ ਤੋਂ ਬਿਨਾਂ ਗੁਰਮੀਤ ਬਾਵਾ ਜੀ ਨੇ ਇੰਡੀਆ ਨੂੰ ਰੀਪ੍ਰਜੈਂਟ ਕੀਤਾ ਸੀ ਫੈਸਟੀਵਲ ਆਫ ਇੰਡੀਆ ਵਿੱਚ, ਜਿਹੜਾ 1987 ਵਿੱਚ USSR ਵਿੱਚ ਹੋਇਆ। ਤੇ 1988 ਵਿੱਚ ਗੁਰਮੀਤ ਬਾਵਾ ਜੀ ਨੇ ਥਾਈਲੈਂਡ ਕਲਚਰ ਸੈਂਟਰ ਬੈਂਕਾਕ ਵਿਖੇ ਪਰਫਾਰਮ ਕੀਤਾ। ਤੇ ਦੋਸਤੋ, 1999 ਵਿੱਚ ਉਹਨਾਂ ਨੇ ਫਿਰ ਦੇਸ਼ ਦੀ ਨੁਮਾਇੰਦਗੀ ਕੀਤੀ ਬੋਸਰਾ ਫੈਸਟੀਵਲ ਤੇ, ਤੇ ਜਸ਼ਨੇ ਆਜ਼ਾਦੀ ਫੈਸਟੀਵਲ ਵਿੱਚ ਜਿਹੜਾ ਤ੍ਰਿਪੋਲੀ ਲੀਬੀਆ 'ਚ ਹੋਇਆ ਸੀ। ਤੇ ਦੋਸਤੋ, ਜੇ ਇਸ ਤੋਂ ਬਿਨਾਂ ਉਹਨਾਂ ਦੇ ਹੋਰ ਰਿਕਾਰਡਸ ਦੀ ਗੱਲ ਕਰੀਏ ਤਾਂ ਉਹ ਜੁਗਨੀ ਲਈ ਪੂਰੇ ਦੇਸ਼ ਵਿੱਚ ਤੇ ਪੂਰੀ ਦੁਨੀਆ ਵਿੱਚ ਫੇਮਸ ਨੇ। ਤੇ ਜੇ ਉਹ ਲੰਬੀ ਹੇਕ ਨਾਲ ਗਾਉਂਦੇ ਨੇ, ਉਹਨਾਂ ਦਾ 45 ਸੈਕਿੰਡਸ ਦਾ ਰਿਕਾਰਡ ਆ। ਤੇ ਇਸ ਤੋਂ ਬਿਨਾਂ ਉਹ ਪਹਿਲੀ ਫੀਮੇਲ ਸਿੰਗਰ ਸਨ ਜਿਨ੍ਹਾਂ ਨੇ ਦੂਰਦਰਸ਼ਨ ਤੇ ਗਾਇਆ। ਤੇ ਦੋਸਤੋ, ਹੁਣ ਆਪਾਂ ਗੁਰਮੀਤ ਬਾਵਾ ਜੀ ਦੇ ਅਵਾਰਡਸ ਦੀ ਗੱਲ ਕਰਦੇ ਹਾਂ। ਉਹਨਾਂ ਨੂੰ ਬਹੁਤ ਸਾਰੇ ਨੈਸ਼ਨਲ ਤੇ ਇੰਟਰਨੈਸ਼ਨਲ ਅਵਾਰਡਸ ਮਿਲੇ। 1991 ਵਿੱਚ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਸਟੇਟ ਅਵਾਰਡ ਮਿਲਿਆ, ਫਿਰ ਪੰਜਾਬ ਨਾਟਕ ਅਕੈਡਮੀ ਨੇ ਉਹਨਾਂ ਨੂੰ ਸੰਗੀਤ ਪੁਰਸਕਾਰ ਦਿੱਤਾ,
ਮਿਲੇਨੀਅਮ 2000 ਅਵਾਰਡ ਉਹਨਾਂ ਨੂੰ ਅਮੈਰੀਕਨ ਬਾਇਓਗ੍ਰਾਫੀਕਲ ਇੰਸਟੀਚਿਊਟ ਨਿਊਯਾਰਕ ਨੇ ਦਿੱਤਾ। 2002 ਵਿੱਚ ਉਹਨਾਂ ਨੂੰ ਮੱਧ ਪ੍ਰਦੇਸ਼ ਸਰਕਾਰ ਵੱਲੋਂ ਦੇਵੀ ਆਈਲੀਆ ਅਵਾਰਡ ਵੀ ਦਿੱਤਾ ਗਿਆ ਤੇ 2008 ਵਿੱਚ ਉਹਨਾਂ ਨੂੰ ਪੰਜਾਬੀ ਲੈਂਗੁਏਜ ਡਿਪਾਰਟਮੈਂਟ ਵੱਲੋਂ ਸ਼੍ਰੋਮਣੀ ਗਾਇਕਾ ਅਵਾਰਡ ਨਾਲ ਨਵਾਜਿਆ ਗਿਆ। ਸੋ ਦੋਸਤੋ, ਸਾਡੇ ਸਾਰੇ ਪੰਜਾਬੀਆਂ ਲਈ ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਬਹੁਤ ਹੀ ਮਾਣ ਦੀ ਗੱਲ ਆ ਕਿ ਸਾਡੇ ਕੋਲ ਇੰਨੇ ਮਹਾਨ ਗਾਇਕ ਹੋਏ ਆ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਦਾ ਨਾਂ ਪੂਰੀ ਦੁਨੀਆ ਵਿੱਚ ਚਮਕਾਇਆ ਤੇ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ। ਸੋ ਅੱਜ ਵੀ ਲੋੜ ਆ ਇਹੋ ਜਿਹੇ ਮਹਾਨ ਗਾਇਕਾਂ ਦੀ ਜਿਹੜੇ ਸਾਡੇ ਦੇਸ਼ ਦਾ ਨਾਮ, ਸਾਡੀ ਪੰਜਾਬੀ ਮਾਂ ਬੋਲੀ ਦਾ ਨਾਂ ਦੁਨੀਆ ਵਿੱਚ ਚਮਕਾ ਸਕਣ। ਸੋ ਦੋਸਤੋ, ਇਸ ਵੀਡੀਓ ਵਿੱਚ ਇੰਨਾ ਹੀ। ਮੈਨੂੰ ਉਮੀਦ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਜੇ ਵੀਡੀਓ ਵਧੀਆ ਲੱਗੀ ਆ ਤਾਂ ਪਲੀਜ਼ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ, ਲਾਈਕ ਕਰਿਓ, ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਵੇਂ ਲੱਗੀ। ਤੇ ਦੋਸਤੋ, ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੋਲੀ ਬਾਬਾ ਅਜੇ ਤੱਕ ਵੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜਿਹੜਾ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਕਿਉਂਕਿ ਮੈਂ ਅੱਗੇ ਵੀ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਵਧੀਆ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ। ਤੇ ਜੇਕਰ ਤੁਹਾਡੀ ਕੋਈ ਫਰਮਾਇਸ਼ ਹੈ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ। ਇਸ ਤੋਂ ਬਿਨਾਂ ਆਪਣਾ ਬੋਲੀ ਹੌਲੀ ਬਾਬਾ ਨਾਮ ਦਾ ਫੇਸਬੁੱਕ 'ਤੇ ਪੇਜ ਬਣਿਆ ਹੋਇਆ ਹੈ, ਤੁਸੀਂ ਉੱਥੇ ਵੀ ਮੈਨੂੰ ਮੈਸੇਜ ਭੇਜ ਸਕਦੇ ਹੋ। ਸੋ ਜੀ, ਇੰਨੇ ਸ਼ਬਦਾਂ ਨਾਲ ਲੈਂਦੇ ਹਾਂ ਜਾਇਜ਼।